ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਨਿਊਜ਼ ਟੀਵੀ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਇਆਂ ਨੂੰ ਗੰਤੰਦਰ ਦਿਵਸ ਤੇ ਜੇਲ੍ਹ ਚੋਂ ਬਾਹਰ ਆ ਸਕਦੇ ਨੇ ਸਿੱਧੂ ਚੰਗੇ ਆਚਰਣ ਕਰਕੇ ਹੋ ਸਕਦੇ ਨੇ ਰਿਆ ਤਾਜ਼ਾ ਵੱਡੀ ਖਬਰ ਆ ਚੁੱਕੀ ਹੈ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਹੱਤ ਤੋਂ ਆ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਰੋਡ ਰੇਜ਼ ਦੇ 34 ਸਾਲ ਪੁਰਾਣੇ ਮਾਮਲੇ 'ਚ 1 ਸਾਲ ਦੀ ਸਜ਼ਾ ਘਟਾ ਰਿਹਾ ਨਵਜੋਤ ਸਿੱਧੂ ਦੇ ਸਮੇਂ ਤੋਂ ਪਹਿਲਾਂ ਰਿਹਾਈ ਹੋ ਸਕਦੀ ਹੈ ਉਸ ਦੇ ਚੰਗੇ ਆਚਰਣ ਕਾਰਨ ਸਰਕਾਰ ਸਿੱਧੂ ਨੂੰ 26 ਫਰਵਰੀ 2023 ਨੂੰ ਰਹਾਹਾ ਕਰ ਸਕਦੀ ਹੈ ਪਰ ਹਜੇ ਤੱਕ ਇਸ ਦੇ ਅਧਿਕਾਰਤ ਤੌਰ ਤੇ ਪੁਸ਼ਟੀ ਹੋਈ ਪਰ ਕੁਝ ਦਿਨ ਪਹਿਲਾਂ ਪਟਿਆਲਾ ਜੇ ਤੇ ਸਿੱਧੂ ਨੂੰ ਮਿਲਣ ਗਏ ਰਾਜ ਦੇ ਸੀਨੀਅਰ ਆਗੂ ਆਣੇ ਇਸ ਦੀ ਜਾਣਕਾਰੀ ਤੇ ਮਿਲੀ ਜਾਣਕਾਰੀ ਅਨੁਸਾਰ ਕੁਝ ਦਿਨ ਪਹਿਲਾਂ ਨਵਜੋਸ਼ ਸਿੱਧੂ ਨੂੰ ਮਿਲਣ ਲਈ ਇੱਕ ਦਰਜਨ ਸੀਨੀਅਰ ਆਗੂ ਕਾਂਗਰਸੀ ਆਗੂ ਜੇਲ੍ਹ ਪਹੁੰਚੇ ਮੁਲਾਕਾਤ ਤੋਂ ਬਾਅਦ ਵਾਪਸ ਪਰਤੇ ਸੀਨੀਅਰ ਆਗੂ ਦੱਸਿਆ ਹੈ ਕਿ ਉਹਨਾਂ ਦੇ ਚੰਗੇ ਆਚਰਣ ਦੇ ਕਾਰਨ 9126 ਜਨਵਰੀ ਨੂੰ ਰਿਹਾਈ ਕੀਤਾ ਜਾ ਸਕਦਾ ਹੈ ਉਹ ਪਿਛਲੇ ਸਾਢੇ 6 ਮਹੀਨਿਆਂ ਤੋਂ ਪਟਿਆਲਾ ਜੇਲ੍ਹ ਸ ਨੇ ਜਿੱਥੇ ਉਹ ਆਪਣੇ ਬੈਰਕ ਦੇ ਵਿੱਚ ਬੈਠ ਕੇ ਕਲਾ ਰਕਦਾ ਕੰਮ ਕਰ ਰਹੇ ਨੇ ਦਾਸ ਦੀਏ ਕਿ ਰੋਡ ਰੇਸ ਦਾ 34 ਸਾਲ ਪੁਰਾਣੇ ਮਾਮਲੇ ਚ ਸੁਪਰੀਮ ਕੋਰਟ ਨੇ ਕਾਂਗਰਸ ਸਾਭਾ ਦੇ ਪ੍ਰਧਾਨ ਨਵਜੋਤ ਸਿੱਧੂ ਨੇ 1 ਸਾਲ ਦੀ ਹਸ ਸੁਣਾਈ ਸੀ 1988 ਦੇ ਵਿੱਚ ਪੰਜਾਬ ਚ ਹੋਏ ਰੋਡ ਰੇਸ ਦੀ ਘਟਨਾ ਵਿੱਚ ਸਿੱਧੂ ਮੁਕਦੇ ਕਾਰਨ ਇੱਕ ਬਜ਼ੁਰਗ ਦੀ ਮੌਤ ਹੋ ਗਈ ਇਸ ਮਾਮਲੇ ਸੁਪਰੀਮ ਕੋਰਟ ਨੇ ਪਹਿਲਾ ਸਿੱਧ ਨੂੰ ਗੈਰ ਇਰਾਦਤ ਕਤਲ ਹਤਿਆਤੂ ਬਦਲ ਕੇ ਦਿੱਤਾ ਸੀ ਅਤੇ 1000 ਰੁਪਏ ਦਾ ਜ਼ੁਰਮਾਨਾ ਲਾਇਆ ਸੀ ਪਰ ਇਸ ਮਾਮਲੇ ਦੇ ਰੀਨਿਊ ਪਟੀਸ਼ਨ ਤੇ ਸੁਣਵਾਈ ਕਰਦੇ ਸੁਪਰੀਮ ਕੋਰਟ ਨੇ ਸਦਨ ਇੱਕ ਸਾਲ ਦੀ ਸਦਾ ਸੁਣਾਈ ਹੈ ਬਾਕੀ ਖਬਰ ਨੂੰ ਅੰਤ ਤੱਕ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ